ਕੰਬਾ ਸੀ ਉੱਪਰ ਥੱਲੇ ਹੁੰਦਾ ਸੀ ਪਿੰਤੂ ਦੇ ਨਾਲ ਪਿੰਦਰ ਸਿੰਘ ਨੇ ਵੇਖਿਆ ਤੇ ਤੂੰ ਪਿੰਦਰ ਸਿੰਘ ਨੂੰ ਮਰਵਾ ਦਿੱਤਾ ਇਹ ਕੀ ਹੋ ਗਈ ਉਲਾਦ ਨਾ ਸੱਚੀ ਜੰਮਿਆ ਕਿਸੇ ਦਾ ਨਹੀਂ ਜੇ ਹੱਥ ਦਾ ਅੱਲਾ ਤੇਰੀਆਂ ਹੱਥਾਂ ਨੇ ਤੂੰ ਸਾਬਤ ਕਰ ਦੇ ਤੂੰ ਅਸਲ ਦਾ ਹੈ ਢੱਕਰ ਦੁਆਰ ਨਾ ਬੜੀ ਜਿਆਦਾ ਜਿਹੜਾ ਬਣਾਇਆ ਹੈ ਤੂੰ ਆਪਣਾ ਪਰਮੇਸ਼ਰ ਦੁਆਰ ਨਹੀਂ ਢੱਕਰ ਦੁਆਰ ਹੈ ਓਏ ਲਾਗੀ ਲਾਦਾ ਦੋਰ ਫਟੇ ਕੰਡਿਆ ਤੇਰੇ ਤੇ ਤੇਰੀਆਂ ਕਰਤੂਤਾਂ ਤੇ ਜੇ ਤੇਰੀ ਪੰਜਾਬੀ ਲਿਮੜੀ ਡਟਰੀ ਆ ਇਕ ਵਾਈ ਕਿਉਂ ਨਹੀਂ ਆਈ ਗੀ ਤੇਰੀ ਮਾੜੀ ਤੇਰੀ ਕਰਤੂਤਿਆ ਇੱਥੋਂ ਤੱਕ ਤੂੰ ਮਾਣਾ ਸੋਚਦਾ ਬਾਬੇ ਤੋਂ ਭਾਈ ਸਾਹਿਬ ਭਾਈ ਸਾਹਿਬ ਤੋਂ ਚਾਰ ਤਿੰਨ ਚਾਰ ਤੋਂ ਜਨਾਨਾ ਬਣਿਆ ਪੰਜਾਬੀ ਲੰਬੇੜ ਮਹਿਕਮੇ ਵਾਲਿਆ ਬੋਲਣਾ ਬੰਦ ਕਰ ਤਾ ਜਦੋਂ ਤੋ ਪਤਾ ਲੱਗ ਗਿਆ ਵੀ ਇਹ ਕੇਵਲ ਪੰਜਾਬੀ ਲਿਬੇੜ ਸਕਦਾ ਤੇ ਜਾਂ ਇਹ ਕੇਵਲ ਕਮਰੇ ਵਿੱਚ ਬੈਠ ਕੇ ਹੀ ਗੱਲਾਂ ਕਰ ਸਕਦਾ ਹੁਣ ਮੈਂ ਜਿਹੜੀ ਗੱਲ ਕਰਨ ਲੱਗਾ ਮੇਰੇ ਵੀਰ ਜਿੰਨੇ ਤੁਸੀਂ ਸੁਣਦੇ ਪਏ ਹੋ ਇਹਨੂੰ ਸ਼ੇਅਰ ਕਰਦੇ ਹੋ ਕਿਉਂ ਕਿਉਂਕਿ ਮੈਂ ਅੱਜ ਇਸ ਗੱਲ ਦਾ ਪ੍ਰੂਫ ਕੱਢਿਆ ਵੀ ਜਿਹੜਾ ਭੁਪਿੰਦਰ ਸਿੰਘ ਸੀ ਜਿਹਦੇ ਗੋਲੀ ਵੱਜੀ ਅੱਜ ਸਾਨੂੰ ਕਲੀਅਰ ਹੋ ਗਿਆ ਕਿਉਂਕਿ ਭੁਪਿੰਦਰ ਸਿੰਘ ਜਿਹਦੇ ਗੋਲੀ ਵੱਜੀ ਸੀ ਡੱਡਰੀ ਜੀ ਉਹਨੂੰ ਪਤਾ ਲੱਗ ਗਿਆ ਸੀ ਤੁਹਾਡਾ ਤੇ ਬਿੱਟੂ ਦਾ ਨੋਟ ਕਰਿਓ ਗੱਲ ਉਹਨੂੰ ਪਤਾ ਲੱਗ ਗਿਆ ਸੀ ਤੁਹਾਡਾ ਤੇ ਬਿੱਟੂ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਉਹਨੇ ਤੁਹਾਨੂੰ ਵੇਖ ਲਿਆ ਸੀ ਰੰਗੇ ਹੱਥੀ ਫੜ ਲਿਆ ਸੀ ਪਰ ਉਹ ਦਰਦਾ ਬੋਲਿਆ ਨਹੀਂ ਪਰ ਉਹਨੇ ਕਿਤਨਾ ਕਿਤੇ ਬੋਲਣਾ ਸੀ ਤੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਫਿਰ ਕੀ ਕੀਤਾ ਕਿਸੇ ਦਵਾਨ ਤੇ ਜਾਣਾ ਸੀ ਜਿਹੜੀ ਸੀਟ ਤੇ ਤੁਸੀਂ ਆਪ ਬੈਠਦੇ ਸੀ ਉਹ ਸੀਟ ਤੇ ਤੁਸੀਂ ਉਹਨੂੰ ਬਿਠਾਇਆ ਭੁਪਿੰਦਰ ਸਿੰਘ ਨੂੰ ਦੁਹਾਈ ਦਿੰਦੇ ਹੋ ਹਾਏ ਤੂੰ ਮੈਨੇ ਸਾਡਾ ਬੰਦਾ ਮਾਰਤਾ ਹਾਏ ਟਕਸਾਲ ਵਾਲਿਆਂ ਨੇ ਬੰਦਾ ਮਾਰਤਾ ਹਾਏ ਤੇਰਾ ਨੇਕੀ ਤੇਰਾ ਪਿਓ ਗਾਇ ਗੁੰਡਿਆਂ ਨੇ ਐ ਕਰਤਾ ਪਰ ਸਚਾਈ ਤਾਂ ਹੁਣ ਸਮਝ ਆਈ ਏ ਸਾਨੂੰ ਕਿਵੇਂ ਜਦੋਂ ਭੁਪਿੰਦਰ ਜਿਹੜੀ ਸੀਟ ਤੇ ਤੂੰ ਆਪ ਬੈਠਦਾ ਸੀ ਡੱਡਰੀ ਜੀ ਉਸ ਸੀਟ ਤੇ ਤੂੰ ਭੁਪਿੰਦਰ ਸਿੰਘ ਨੂੰ ਬਿਠਾਇਆ ਤੇ ਉਸ ਭੁਪਿੰਦਰ ਸਿੰਘ ਤੇ ਤੂੰ ਆਪ ਗੋਲੀ ਮਾਰੀ ਤੇ ਗੋਲੀ ਮਾਰ ਕੇ ਇਹ ਗੱਲ ਫਲਾ ਦਿੱਤੀ ਗਈ ਵੀਰਾਂ ਨੇ ਤਾਂ ਸ਼ਬੀਲ ਲਈ ਸੀ ਤੇ ਮੇਰੇ ਤੇ ਹਮਲਾ ਕੀਤਾ ਅਸੀਂ ਕਿਵੇਂ ਮੰਨ ਲਈਏ ਹੁਣ ਇਸ ਗੱਲ ਨੂੰ ਕਿਉਂ ਕਿ ਇਹ ਸਗਲ ਦੀ ਅਜੇ ਤੱਕ ਕੋਈ ਵੀ ਵੀਡੀਓ ਲੋਕਾਂ ਵਿੱਚ ਵਾਇਰਲ ਨਹੀਂ ਹੋਈ ਹੁਣ ਤੱਕ ਵੀ ਕੋਈ ਇਦਾਂ ਦੀ ਵੀਡੀਓ ਇਹ ਤਾਂ ਤੁਸੀਂ ਬੋਲਿਆ ਵੀ ਮੇਰੇ ਤੇ ਇਹਨਾਂ ਸ਼ਬੀਲ ਲਈ ਐ ਗੋਲੀਆਂ ਚਲਾਈਆਂ ਐ ਹਮਲਾ ਕੀਤਾ ਇਸ ਤਰ੍ਹਾਂ ਕੀਤਾ ਇਹ ਅਸੀਂ ਵੀਡੀਓ ਨਹੀਂ ਵੇਖੀ ਇਸ ਕਰਕੇ ਤੂੰ ਗਲਤ ਸੀ ਬਿੱਟੂ ਦੇ ਨਾਲ ਤੂੰ ਖੇ ਖਾਂਦਾ ਸੀ ਉੱਪਰ ਥੱਲੇ ਹੁੰਦਾ ਸੀ ਬਿੱਟੂ ਦੇ ਨਾਲ ਭੁਪਿੰਦਰ ਸਿੰਘ ਨੇ ਵੇਖਿਆ ਤੇ ਤੂੰ ਭੁਪਿੰਦਰ ਸਿੰਘ ਨੂੰ ਮਰਵਾ ਦਿੱਤਾ ਇਸ ਗੱਲ ਦਾ ਸਬੂਤ ਇਹ ਆ ਕਿ ਕਿ ਤੂੰ ਹੁਣ ਤੱਕ ਜਿੰਨਾ ਕੇਸ ਚੱਲ ਰਿਹਾ ਤੇਰੀ ਗਵਾਹੀ ਕਿੱਥੇ ਆ ਤੂੰ ਗਵਾਹੀ ਦੇਣ ਕਿੱਥੇ ਗਿਆ ਹੋਰਾਂ ਦੀਆਂ ਗਵਾਹੀਆਂ ਤੇ ਪੈਂਦੀਆਂ ਜੇ ਤੇਰੀ ਪਜਾਮੀ ਲਿਮੜੀ ਡੱਡਰੀ ਆ ਤੇ ਤੇਰੀ ਗਵਾਹੀ ਕਿਉਂ ਨਹੀਂ ਜੇ ਤੇਰੀ ਗੱਡੀ ਰਿਮਾਂ ਤੇ ਭੱਜੀ ਕੋਈ ਇੱਕ ਰਿਮਾਂ ਦੀ ਫੋਟੋ ਵਿਖਾ ਦੇ ਯਾਰ ਗੱਡੀ ਭੱਜੀ ਦੀ ਕਿਉਂ ਕਿਉਂਕਿ ਤੇਰੇ ਕੋਲ ਤਾਂ 2-2 ਲੱਖ ਦੇ 1.5 ਲੱਖ ਦੇ 4-4 ਲੱਖ ਦੇ ਤੇਰੇ ਕੋਲ ਫੋਨ ਨੇ ਤੇਰੇ ਇੱਕ ਵੀ ਬੰਦੇ ਨੇ ਵੀਡੀਓ ਨਹੀਂ ਬਣਾਈ ਅੰਦਰ ਬੈਠ ਕੇ ਵੀ ਸਾਡੇ ਤੇ ਹਮਲਾ ਹੋ ਰਿਹਾ ਆ ਵੇਖੋ ਜੀ ਗੋਲੀਆਂ ਚੱਲ ਰਹੀਆਂ ਨੇ ਕਿਸ ਨੇ ਵੀਡੀਓ ਨਹੀਂ ਬਣਾਈ ਆਈ ਡੀ ਆਟੀਆਂ ਤੋਂ ਗੱਡੀਆਂ ਲਈ ਫਿਰਦਾ ਤੇਰੀ ਗੱਡੀ ਵਿੱਚ ਵੀ ਕੈਮਰੇ ਲੱਗੇ ਹੁੰਦੇ ਨੇ ਅੱਗੇ ਵੀ ਕੈਮਰਾ ਪਿੱਛੇ ਵੀ ਕੈਮਰਾ ਅਪਡੇਟ ਹੁੰਦਾ ਜਿਵੇਂ ਬਾਹਰਲੇ ਦੇਸ਼ਾਂ ਨੂੰ ਕੀ ਲਈ ਫਿਰਦੇ ਨੇ ਤੇਰੀ ਗੱਡੀ ਦਾ ਕੈਮਰਾ ਕਿੱਥੇ ਸੀ ਫਿਰ ਤੇਰੀ ਵੀਡੀਓ ਕਿਉਂ ਨਹੀਂ ਆਈ ਜੋ ਇਸ ਕਰਕੇ ਹੁਣ ਇਹ ਕਲੀਅਰ ਹੋ ਗਿਆ ਹੁਣ ਅੱਗੇ ਕਰਦਾ ਮੈਂ ਗੱਲ ਦੀ ਤੁਸੀਂ ਗੱਲਾਂ ਕਰਦੇ ਹੋ ਵੀ ਵੀਡੀਓ ਮੈਨੂੰ ਇੱਕ ਕੱਲ ਦਾ ਜਵਾਬ ਤੇ ਵੀਡੀਓ ਬਣੀ ਸ਼੍ਰੀ ਕੇਸਗੜ੍ਹ ਸਾਹਿਬ ਦੀ ਸਾਬੜੇ ਸਾਹਮਣੇ ਆਇਆ ਬੰਦਾ ਫੜਿਆ ਗਿਆ ਜੇ ਉੱਥੇ ਉਸ ਵੇਲੇ ਬੰਦੇ ਨੂੰ ਚੁਗੜਾ ਦਿੰਦੇ ਤੇ ਤੇਰਾ ਕੀ ਬਿਆਨ ਹੁੰਦਾ ਡੜੀ ਜੀ ਦੱਸ ਮੈਨੂੰ ਤੇਰਾ ਕੀ ਜਵਾਬ ਹੁੰਦਾ ਤੂੰ ਉੱਥੇ ਵੀ ਪਜਾਮੀ ਲਵੇੜ ਜਾਣੀ ਸੀ ਮੈਂ ਕਦੇ ਬੋਲਿਆ ਨਹੀਂ ਅੱਜ ਭਰ ਕੇ ਬੋਲਿਆ ਤੇਰੇ ਬਿਆਨਾਂ ਤੋਂ ਐਡੀ ਤੇਰੀ ਮਾੜੀ ਤੇਰੀ ਕਰਤੂਤ ਯਾਰ ਇੱਥੋਂ ਤੱਕ ਤੂੰ ਮਾੜਾ ਸੋਚਦਾ ਵੀ ਕੋਈ ਮਾੜੀ ਗੱਲ ਨੂੰ ਨਾ ਪਤਾ ਸੀ ਤੇ ਉਹਨਾਂ ਨੇ ਆ ਕਰ ਦਿੱਤਾ ਹੁਣ ਅੱਗੇ ਆ 400 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਤੂੰ ਤੇ ਤੇਰੇ ਡੱਡਰੀ ਦੇ ਤੇਰਿਆਂ ਅਪਗ੍ਰੇਡਾਂ ਨੇ ਤੇਰੇ ਨਿਆਣਿਆਂ ਨੇ ਹੁਣ ਤੱਕ ਕੀ ਖੇਡ ਵਰਤਾਈ ਕੀ ਜਾ ਕੇ ਕੌਮ ਵਾਸਤੇ ਖੜੇ ਕਿਹੜੇ ਜਾ ਕੇ ਬੇਅਦਬੀ ਵਾਲ ਨੂੰ ਸੌਦਾ ਲਿਆ ਜਾ ਲੜੇ ਤੂੰ ਮੈਨੂੰ ਇਸ ਗੱਲ ਦਾ ਜਵਾਬ ਦੇ ਜਿਹੜੀ ਹੁਣ ਗੱਲ ਕਰਦੇ ਆ ਆਪਾਂ ਇੱਕ ਮਿੰਟ ਮੈਂ ਛੋਟੇ ਵਿੱਚ ਹੀ ਗੱਲ ਰੱਖਣੀ ਆ ਆਪਾਂ ਕੋਈ ਬਹੁਤੀ ਉਹ ਕੋਈ 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 ਇਹ ਨਹੀਂ ਵੀ ਕਹਿਣਾ ਵੀ ਹਾਂ ਅਸੀਂ ਤੇ ਤੋਂ ਵੱਡੇ ਨਹੀਂ ਭਾਈ ਤੂੰ ਬਹੁਤ ਵੱਡਾ ਹੈ ਪਰ ਜੇ ਤੇਰੇ ਵਿੱਚ ਜਿਗਰਾ ਡਟ ਰਿਓ ਉਹ ਸਿੰਘ ਸਿੰਘਾਂ ਨੇ ਇੱਕ ਗੱਲ ਕਹਿਤੀ ਨਾ ਹੁਣ ਸੁਣੀ ਗੱਲ ਨਿਹੰਗ ਸਿੰਘ ਪਾਪਚੇ ਕਹਿੰਦੇ ਜਿੰਨੇ ਵੀ ਸੁਣਦੇ ਹੋ ਸ਼ੇਅਰ ਕਰਦੇ ਹੋ ਜੀ ਇਸ ਵੀਡੀਓ ਨੂੰ ਇਹ ਉਸ ਡਟਰੀ ਤੱਕ ਪਹੁੰਚਾਉਣੀ ਹੈ ਕਿਉਂਕਿ ਉਹ ਬਿੱਟੂ ਨਾਲ ਗਲਤ ਸੀ ਭੁਪਿੰਦਰ ਨੂੰ ਪਤਾ ਸੀ ਇਹਨੇ ਭੁਪਿੰਦਰ ਸਿੰਘ ਮਨਵਾਤ ਸ਼ਬੀਲ ਦੀ ਝੂਠੀ ਕਹਾਣੀ ਕਰ ਲਈ ਇਹਨੇ ਤੇ ਇਹ ਆਪ ਕਾਤਲ ਹੈ ਆਪਣੇ ਭੁਪਿੰਦਰ ਸਿੰਘ ਦਾ ਹੁਣ ਗੱਲ ਆਉਂਦੀ ਅੱਗੇ ਵੀ ਨਿਹੰਗ ਸਿੰਘਾਂ ਨੇ ਗੱਲ ਕਹਿਤੀ ਤੂੰ ਕਹਤਾ ਨਿਹੰਗ ਸਿੰਘਾਂ ਨੇ ਚੈਲੰਜ ਕਰਤਾ ਵੀ ਅਸੀਂ ਜਿਹੜਾ ਸੋਦਾ ਲਾਇਆ ਅਸੀਂ ਜਿਹੜਾ ਬੰਦਾ ਵੱਡਿਆ ਉਹ ਬੇਦਬੀ ਕਰਨ ਆਇਆ ਸੀ ਹਾਂ ਜਾਂ ਨਹੀਂ ਅਸੀਂ ਤੈਨੂੰ ਪ੍ਰੂਫ ਦੇਵਾਂਗੇ ਅਸੀਂ ਤੈਨੂੰ ਦਲੀਲ ਦੇਵਾਂਗੇ ਤੂੰ ਸਾਡੇ ਵਿੱਚ ਆ ਕੇ ਬਹਿ ਜੇ ਟਡਰੀ ਜੇ ਟਡਰੀ ਉਨਾ ਸਿੰਘਾ ਨੇ ਸਾਬਤ ਕਰਤਾ ਉਹਨੇ ਚੈਲੰਜ ਕੀਤਾ ਵਿਟਾ ਡਰੀ ਸਾਡੇ ਕੋਲ ਆਵੇ ਅਸੀਂ ਸਾਬਤ ਕਰਾਂਗੇ ਆ ਬੰਦਾ ਬੇਦਬੀ ਕਰਨ ਆਇਆ ਸੀ ਅਸੀਂ ਤਾਂ ਵੜਿਆ ਜੇ ਟੱਡਰੀ ਹੁਣ ਪਿਓ ਦੀ ਔਲਾਦ ਹੈ ਨਾ ਸੱਚੀ ਜੰਮਿਆ ਕਿਸੇ ਦਾ ਨਹੀਂ ਜੇ ਹਰਾ ਤੂੰ ਗੱਲਾਂ ਤੇਰੀਆਂ ਹਾਂ ਯਾਨੀ ਤੂੰ ਪਰ ਸਾਬਤ ਕਰ ਦੇ ਤੂੰ ਅਸਲ ਦਾ ਹੈ ਹੈ ਤੂੰ ਅਸਲ ਦਾ ਤੂੰ ਸਾਬਤ ਕਰ ਦੇ ਨਿਹੰਗ ਸਿੰਘਾ ਦਾ ਚੈਲੰਜ ਅਕਸੈਪਟ ਕਰ ਤੇ ਨਿਹੰਗ ਸਿੰਘਾ ਦਾ ਚੈਲੰਜ ਅਕਸੈਪਟ ਕਰ ਕੇ ਉਹਨਾਂ ਕੋਲ ਜਾ ਜੇ ਉਹਨਾਂ ਨੇ ਸਿੱਧ ਕਰਤਾ ਵੀ ਅਸੀਂ ਜਿਹੜਾ ਬੇਦਵੀ ਵਾਲਾ ਸੋਧਾ ਲਾਇਆ ਉਹ ਸਹੀ ਲਾਇਆ ਤੇ ਤੂੰ ਉਹਨਾਂ ਦੇ ਘੋੜਿਆਂ ਦੀਆਂ ਲਿੱਦਾਂ ਚੁਕਣੀਆਂ ਨੇ ਢੱਡਰ ਦੁਆਰ ਨਾ ਵੜੀ ਜਿਆਦਾ ਗੱਲ ਸੁਣ ਲੈ ਮੇਰੀ ਗੱਲ ਢੱਡਰ ਦੁਆਰ ਨਾ ਵੜੀ ਜਿਆਦਾ ਜਿਹੜਾ ਬਣਾਇਆ ਹੈ ਤੂੰ ਆਪਣਾ ਪਰਮੇਸ਼ਰ ਦੁਆਰ ਨਹੀਂ ਉਹ ਢੱਡਰ ਦੁਆਰ ਹੈ ਤੂੰ ਉਸ ਢੱਡਰ ਦੁਆਰ ਦੇ ਵਿੱਚ ਦੁਆਰਾ ਨਾ ਵੜੀ ਤੇ ਨਿਹੰਗ ਸਿੰਘਾਂ ਨੇ ਜਾ ਕੇ ਉੱਥੇ ਬਾਟੇ ਮਾਂਜੀ ਘੋੜਿਆਂ ਦੀ ਲਿੱਦ ਦੀ ਐਡੀ ਵੱਡੀ ਗੱਲ ਉਹ ਵੀ ਸੇਵਾ ਤੈਨੂੰ ਕਹਿਤੀ ਉਹਨਾਂ ਨੇ ਓਏ ਲੱਖ ਦੀ ਲਾਂਦਾ ਦੁਰ ਫਟੇ ਮੂੰ ਨਿਤੜ ਰਿਆ ਤੇਰੇ ਤੇ ਤੇਰੀਆਂ ਕਰਤੂਤਾਂ ਤੇ ਆ ਕੁਛ ਅੱਛਾ ਫਿਰ ਜਿਹੜੀ ਬੀਬੀ ਦਾ ਸੁਣਿਓ ਗੱਲ ਆ ਕਹਿੰਦਾ ਵੀ ਕਿਸੇ ਬੀਬੀ ਦਾ ਫੋਨ ਆਇਆ 10 ਮਿੰਟ ਦੀ ਮੈਂ ਹਾਏ ਹਾਏ ਮੈਂ ਰਿਕਾਰਡਿੰਗ ਸੁਣੀ ਮੇਰੀ ਤੇ ਬੱਸ ਹੋ ਗਈ ਮੈਨੂੰ ਸਮਝ ਨਹੀਂ ਆਈ ਮੈਂ ਜਵਾਬ ਕੀ ਦੇਆ ਓਏ ਮੇਰੀ ਗੱਲ ਸੁਣਨਾ ਨਾ ਬਾਬੇ ਤੋਂ ਭਾਈ ਸਾਹਿਬ ਭਾਈ ਸਾਹਿਬ ਤੋਂ ਨਚਾਰ ਤਿੰਨ ਚਾਰ ਤੋਂ ਜਨਾਨਾ ਬਣਿਆ ਪਜਾਮੀ ਲੰਬੇੜ ਮਹਿਕਮੇ ਵਾਲਿਆ ਮੇਰੀ ਗੱਲ ਸੁਣ ਧਿਆਨ ਨਾਲ ਜਿਹੜੀ ਬੀਬੀ ਤੈਨੂੰ ਇਹ ਗੱਲ ਕਹਿ ਰਹੀ ਮੈਂ ਸਿੱਖੀ ਚ ਨਹੀਂ ਬਾੜਨੇ ਮੈਂ ਆਪਣੇ ਨਿਆਣਿਆਂ ਨੂੰ ਇਸ ਪਾਸੇ ਨਹੀਂ ਜੋੜਨਾ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਉਸ ਸਮੇ ਮੱਸਾ ਰੰਗੜਦਾ ਸਿੰਘਾਂ ਨੇ ਸੇਦ ਵੱਡਿਆ ਸੀ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਨੇ ਉਸ ਤੋਂ ਬਾਅਦ ਬੁੱਢੇ ਜੋੜ ਦੀ ਧਰਤੀ ਰਾਜਸਥਾਨ ਤੇ ਉਹਨਾਂ ਨੇ ਖਿੱਦੋ ਖੁੰਡੀ ਖੇਡੀ ਸੀ ਤੇ ਉਦੋਂ ਤੇ ਤੇਰੀ ਇਸ ਬੀਬੀ ਨੂੰ ਗਸ਼ੀ ਪੈ ਜਾਣੀ ਸੀ ਤੇਰੀ ਇਸ ਬੀਬੀ ਨੂੰ ਦੌਰਾ ਪੈ ਜਾਣਾ ਸੀ ਜਿਹਨੇ ਤੈਨੂੰ ਮੈਸੇਜ ਕੀਤਾ ਜਿਹਨੇ ਤੈਨੂੰ ਆ ਕੇ ਆ ਵੀ ਓਏ ਮੈਂ ਆਪਣੇ ਨਿਆਣੇ ਸਿੱਖੀ ਵਾਲੇ ਪਾਸੇ ਨਹੀਂ ਵਾੜਨੇ ਸੋ ਡਰਦੀ ਜੀ ਨਿਆਂਗ ਸਿੰਘਾਂ ਦਾ ਚੈਲੰਜ ਸੈਪਟ ਕਰ ਲੋ ਤੇ ਜਾ ਜਾ ਫਿਰ ਕਮਰੇ ਚ ਬਹਿ ਕੇ ਬੋਲਣਾ ਬੰਦ ਕਰ ਦੋ ਤੁਸੀਂ ਪਜਾਮੀ ਲਵੇੜ ਹੋ ਤੇ ਤੁਸੀਂ ਪਜਾਮੀ ਲਵੇੜ ਰਹਿਣਾ ਇਸ ਤੋਂ ਉੱਪਰ ਤੁਹਾਡੀ ਔਕਾਤ ਹੈ ਨਹੀਂ ਇਹ ਗੱਲ ਨੂੰ ਸੁਣ ਲਓ ਜੇ ਧਿਆਨ ਨਾਲ ਅੱਜ ਮੈਂ ਕਲੀਅਰ ਗੱਲ ਕਰ ਰਿਹਾ ਤੁਸੀਂ ਪਜਾਮੀ ਲਵੇੜ ਹੋ ਪਜਾਮੀ ਲਵੇੜ ਰਹਿਣਾ ਤੇ ਕਰਕੇ ਭੁਪਿੰਦਰ ਦਾ ਕਤਲ ਆਪਣੀ ਪਜਾਮੀ ਤੋਂ ਆਪ ਨੇ ਵੇੜੀ ਸੀ ਵੀ ਮੈਂ ਲੋਕਾਂ ਦੇ ਵਿੱਚ ਸੱਚਾ ਹੋ ਜਾਵਾਂ ਤੇਰੇਆਂ ਅੱਜ ਤੇਰੇਆਂ ਫੋਲਵਾ ਤੇਰੇ ਡੱਡਰ ਦੁਆਰ ਵਾਲਿਆਂ ਨੂੰ ਮਿਰਚਾਂ ਬਹੁਤ ਲਖਣੀਆਂ ਨੇ ਲਾਈਆਂ ਨੇ ਸੋ ਇਸ ਕਰਕੇ ਜੇ ਤੇਰੇ ਵਿੱਚ ਜੁਰਤ ਹੈ ਤਾਂ ਨਿਹੰਗ ਸਿੰਘਾਂ ਦੇ ਕੋਲ ਆ ਜਾ ਨਿਹੰਗ ਸਿੰਘਾਂ ਨਾਲ ਬਹਿ ਕੇ ਗੱਲ ਕਰ ਲੈ